ਤੰਨ ਉਹ ਅਜੇ ਸਵੇਰ ਦੇ ਅੰਦਰ ਕਰਦੇ ਹੀਟਰ ਲੱਗਿਆ ਹੋਇਆ 22 ਡਿਗਰੀ ਇਹ ਠੀਕ ਹੈ ਤੇ ਮੈਂ ਬਾਹਰ ਜਾ ਰਿਹਾ ਠੰਡਾ ਸ਼ਾਵਰ ਲੈਣ ਨੂੰ ਠੰਡ ਲੱਗ ਰਹੀ ਹੈਗੀ ਅੰਦਰ ਖੜੇ ਨੂੰ ਵੀ ਜਿਹਦੀ ਐਕਸਰਸਾਈਜ਼ ਚ ਆਪਾਂ ਕੀਤੀ ਵੇਗਸ ਨਰਵ ਦੀ ਐਕਸਰਸਾਈਜ਼ ਕੈਰੀਨਲ ਨਰਵ ਸਿਸਟਮ ਦੀ ਸਭ ਤੋਂ ਲੰਬੀ ਨਰਵ ਹੈ ਇਹ ਗੱਟ ਤੋਂ ਸਿੱਧੀ ਬ੍ਰੇਨ ਤੱਕ ਜਾਂਦੀ ਆ ਵੋਕਲ ਕੋਰਡਸ ਗਰਦਨ ਦੇ ਪਿੱਛੇ ਦੀ ਹੁੰਦੀ ਹੋਈ ਤੁਹਾਨੂੰ ਡਾਇਗਰਾਮ ਚ ਦਿਖ ਜਾਣਾ ਵੇਗਸ ਨਰਵ ਡਿਸਾਈਡ ਕਰਦੀ ਆ ਇਹ ਸਿਗਨਲ ਲੈ ਕੇ ਆਉਂਦੀ ਆ ਦਿਮਾਗ ਨੂੰ ਥੋੜਾ ਮੂਡ ਕਿਹਾ ਜਾਊਗਾ ਐਂਗਜ਼ਾਇਟੀ ਡਿਪਰੈਸ਼ਨ ਡਿਜੈਸ਼ਨ ਕਿਹਾ ਜੀ ਹੋਊਗੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਇਮਿਊਨ ਸਿਸਟਮ ਕਿਹਾ ਜਾਊਗਾ ਖਾਸੇ ਜਿਆਦਾ ਫੰਕਸ਼ਨ ਨੇ ਇਹਦੇ ਤੇ ਇਹਨੂੰ ਐਕਟੀਵੇਟ ਕਰਨ ਦੀ ਖਾਸੀਆਂ ਐਕਸਰਸਾਈਜ਼ਾਂ ਨੇ ਵੀ ਗਾਣਾ ਗੂੰਗਣਾਉਣਾ ਕਰ ਸਕਦੇ ਹਾਂ ਗਰਗਲਿੰਗ ਕਰ ਸਕਦੇ ਹਾਂ ਜਾਂ ਸਿੱਧੇ ਕਰਨ ਦੇ ਪਿੱਛੇ ਦਬਾਅ ਦੇ ਸਕਦੇ ਹਾਂ ਤਾਂ ਵੇਕ ਸਰਵ ਦੀ ਐਕਸਰਸਾਈਜ਼ ਹੋ ਜਾਂਦੀ ਹੈ ਤਾਂ ਮੈਂ ਅੱਜ ਆਹ ਤਰੀਕਾ ਅਪਣਾਇਆ ਵੇਕ ਸਰਵ ਨੂੰ ਐਕਟੀਵੇਟ ਕਰਨ ਦਾ 2 ਕਿ ਮਿੰਟ ਮੈਂ ਜੋਰ-ਜੋਰ ਦੀ ਨਾਲੇ ਨਾਲ ਮੈਨੂੰ ਡੀਪ ਸਾਹ ਲਏਗੇ ਤੇ ਨਾਲੇ ਜੋਰ-ਜੋਰ ਦੀ ਮੈਂ ਗੂੰਗਣਾਇਆ ਸਿੱਧਾ ਗਿਆ ਮੈਂ ਚੁੱਪ ਕਰਕੇ ਬੈਠਣ ਉਸ ਤੋਂ ਅੱਗੇ ਨਵੀਆਂ ਮਨੋਤਾਂ ਬਣਾਇਆ ਮਨ ਦੇ ਵਿੱਚ ਨਵੇਂ ਮਨ ਚਿੱਤਰ ਬਣਾਏ ਸ਼ਬਦ ਗੁਰੂ ਚ ਆਪ ਅੱਜ ਪੜਿਆ ਕਿ ਅਗਰ ਸੱਟ ਵੱਜਿਆ ਨਾ ਅਗਰ ਜ਼ਖਮ ਹੋਇਆ ਨਾ ਉੱਥੋਂ ਹੀ ਲਾਈਟ ਤੁਹਾਡੇ ਅੰਦਰ ਐਂਟਰ ਕਰੋ ਮਤਲਬ ਅਗਰ ਲਾਈਫ ਦੇ ਵਿੱਚ ਕੋਈ ੱੱਕਾ ਹੋਇਆ ਉਹ ਉਸ ਨੂੰ ਵਰਤਾਇਆ ਜਾ ਸਕਦਾ ਜ਼ਿੰਦਗੀ 'ਚ ਅੱਗੇ ਜਾਣ ਲਈ ਨਵਾਂ ਬੰਦਾ ਬਣਨ ਦੇ ਲਈ ਉਹੀ ਤੁਹਾਡੀ ਮੁਕਤੀ ਸਲਵੇਸ਼ਨ ਹੋ ਸਕਦੀ ਆ ਸ਼ਬਦ ਗੁਰੂ ਫਿਰ ਲਿਖਿਆ ਅੱਜ ਦੇ ਖਾਣੇ 'ਚ ਆਪਣੇ ਕੋਲ ਪਿੰਡੀਆਂ ਤੇ ਚਿਬੜ ਸੀਗੇ ਖਾਪੀ ਕੇ ਜਿਆਦਾ ਦਿਨ ਘਰੀ ਕੱਢਿਆ ਕੋਈ ਸੰਡੇ ਸੀਗਾ